ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮਹਾਂਪਰਨ ਕੋਰਮਾਨ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਮੈਂ ਹ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਸ਼ੁਰੂਆਤ ਕਰਦੇ ਹਾਂ ਅੱਜ ਪੰਜਾਬ ਤੋਂ ਖਬਰਾਂ ਦੀ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਜਿਹੜੀ ਹੈ ਪ੍ਰਧਾਨ ਮੰਤਰੀ ਹੁਣਾਂ ਦੀ ਰੈਲੀ ਰੈਲੀ ਦੇ ਦੌਰਾਨ ਉਹਨਾਂ ਦੇ ਵਿਰੋਧ ਹੋਣ ਦੀਆਂ ਖਬਰਾਂ ਕਈ ਜਗ੍ਹਾ ਵਿਰੋਧ ਹੋਏ ਕਈ ਜਗ੍ਹਾ ਨਹੀਂ ਹੋਏ ਵਾਰ ਇਹ ਵਿਰੋਧ ਬੰਦ ਕਰ ਦਿੱਤੇ ਗਏ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਪੱਤਰ ਆਇਆ ਕਿਸਾਨਾਂ ਨੂੰ ਜਿਸ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਮੁਲਾਕਾਤ ਕਰਨਗੇ ਕਿਸਾਨਾਂ ਦੇ ਨਾਲ ਕੁਝ ਕਿਸਾਨਾਂ ਦੇ ਨਾਲ ਉਹ ਖੁਦ ਮੁਲਾਕਾਤ ਕਰਨਗੇ ਜਾਂ ਫਿਰ ਉਹਨਾਂ ਦੇ ਨੁਮਾਇੰਦੇ ਜਿਵੇਂ ਕਿ ਅਗੇ ਟੋਮਰ ਹੁਣੇ ਗੱਲਬਾਤ ਕਰਦੇ ਰਹੇ ਨੇ ਕਰਨਗੇ ਇਹ ਸਪਸ਼ਟ ਹੋਏਗਾ ਹਲੇ ਪਰ ਇਹ ਕਹਿ ਦਿੱਤਾ ਗਿਆ ਕਿ 31 ਜਨਵਰੀ ਤੱਕ ਜਿੰਨੇ ਵੀ ਕਿਸਾਨਾਂ ਤੇ ਮੁਕਦਮੇ ਚੱਲ ਰਹੇ ਨੇ ਉਹ ਵਾਪਸ ਲੈ ਲੈ ਜਾਣਗੇ MSP ਦੀ ਗਰੰਟੀ ਜਿਹੜੀ ਹੈ ਉਹ ਵੀ ਕੀਤੀ ਜਾਏਗੀ ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਸ਼ਾਂਤ ਹੋ ਗਿਆ ਕਿਉਂਕਿ ਅੰਦੋਲਨ ਇਸ ਸ਼ਰਤ ਤੇ ਚੱਕਿਆ ਗਿਆ ਸੀਗਾ ਕਿ ਇਹ ਦੋਨੋਂ ਸ਼ਰਤਾਂ ਵੀ ਕਾਨੂੰਨ ਰੱਦ ਹੋਣ ਦੇ ਨਾਲ-ਨਾਲ ਮੰਨੀਆਂ ਜਾਣਗੀਆਂ ਵਧੀਆ ਗੱਲ ਹੈ ਉਹਨਾਂ ਨੇ ਇਸ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਤੇ ਲੈਟਰ ਲਿਖ ਕੇ ਕਿਸਾਨਾਂ ਨੂੰ ਰੋਕਿਆ ਕਿ ਤੁਸੀਂ ਵਿਰੋਧ ਨਾ ਕਰੋ ਮੌਕਾ ਸਾਂਭਣਾ ਜ਼ਰੂਰੀ ਹੈ ਖੈਰ ਵਿਰੋਧ ਤਾਂ ਹਜੇ ਦਿਲੰਚਸਤ ਹੈ ਵਿਰੋਧ ਹਜੇ ਰਹਿਣਾ ਵੀ ਹੈ ਜੋ ਤੱਕ ਮੀਟਿੰਗ ਨਹੀਂ ਹੋ ਜਾਂਦੀ ਜੋ ਤੱਕ ਸਾਰੀਆਂ ਸਮस्याਾਂ ਦੇ ਉੱਤੇ ਹੱਲ ਨਹੀਂ ਲੱਭ ਲਿੱਤੇ ਜਾਂਦੇ ਕਿਉਂਕਿ ਇਹ ਸਮੱਸਿਆਵਾਂ ਹਜੇ ਉੱਥੇ ਹੀ ਨੇ ਅਜੇ ਸਿਰਫ ਲੈਟਰ ਆਇਆ ਹੈ ਮੀਟਿੰਗ ਹੋਏਗੀ ਕੀ ਸੌਰਟ ਆਊਟ ਹੁੰਦਾ ਹੈ ਕੀ ਉਹਦੇ ਨਤੀਜੇ ਆਉਂਦੇ ਨੇ ਇਹ ਤਾਂ ਉਸ ਤੋਂ ਬਾਅਦ ਦੀ ਗੱਲ ਹੈ ਕਿਉਂਕਿ ਹਰ ਬੰਦਾ ਜੋ ਹੈ ਅੰਦਰੋਂ ਹਿੱਲਿਆ ਪਿਆ ਹੈ ਬਹੁਤ ਲੰਮਾ ਅੰਦੋਲਨ ਚੱਲਿਆ ਇੱਕ ਸਾਲ ਅੰਦੋਲਨ ਚੱਲਿਆ ਹੈ ਤੇ 700 ਦੇ ਜ਼ਿਆਦਾ ਗਿਣਤੀ ਹੈ ਕਿਸਾਨਾਂ ਦੀ ਜੋ ਸ਼ਹੀਦ ਹੋਏ ਨੇ ਇਸ ਅੰਦੋਲਨ ਦੇ ਦੌਰਾਨ ਇਸ ਕਰਕੇ ਜਦੋਂ ਤੱਕ ਇਹ ਸਭ ਕੁਝ ਸੌਰਟ ਆਊਟ ਨਹੀਂ ਹੋ ਜਾਂਦਾ ਉਦੋਂ ਤੱਕ ਤੇ ਤੁਸੀਂ ਇਹ ਸਮਝੋ ਕਿ ਕੁਝ ਵੀ ਮਾਮਲਾ ਸ਼ਾਂਤ ਨਹੀਂ ਹੈ ਕਿਉਂਕਿ ਕਿਸਾਨਾਂ ਨੇ ਵੀ ਮੌਕਾ ਸੰਭੇਆ ਤੇ ਕੁੱਲ ਮਿਲਾ ਕੇ ਜੋ ਮਸਲਾ ਹੈ ਹਜੇ ਮਸਲਾ ਉੱਥੇ ਦਾ ਉੱਥੇ ਹੈ ਹਾਂ ਡਿਵੈਲਪਮੈਂਟ ਜ਼ਰੂਰ ਹੋ ਰਹੀਆਂ ਨੇ ਤੇ ਡਿਵੈਲਪਮੈਂਟਸ ਪੋਜ਼ਿਟਿਵ ਨੇ ਹੋਣੀਆਂ ਵੀ ਚਾਹੀਦੀਆਂ ਨੇ ਨਤੀਜੇ ਹਜੇ ਫਿਊਚਰ ਦੇ ਕੋਖੇ ਚ ਨੇ ਭਵਿੱਖ ਦੀ ਕੋਖੇ ਚ ਨੇ ਦੇਖੋ ਕੀ ਨਿਕਲਦਾ ਇਹਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਖੁਦ ਪ੍ਰਧਾਨ ਮੰਤਰੀ ਹੁਣਾਂ ਦੇ ਵੱਲੋਂ ਉਹਨਾਂ ਦੇ ਦਫ਼ਤਰ ਤੇ ਵੱਲੋਂ ਪੱਤਰ ਆਉਂਦਾ ਜਿਸ ਦੇ ਵਿੱਚ ਮੀਟਿੰਗ ਦੀ ਗੱਲ ਹੁੰਦੀ ਹੈ ਐਮਐਸਪੀ ਦੀ ਗੱਲ ਹੁੰਦੀ ਹੈ ਔਰ ਜਿਹੜੇ 31 ਜਨਵਰੀ ਤੱਕ ਕਿਸਾਨਾਂ ਦੇ ਉੱਤੇ ਚੱਲਦੇ ਹੋਏ ਮੁਕੱਦਮੇ ਖਾਰਜ ਹੋਣ ਦੀ ਗੱਲ ਹੁੰਦੀ ਹੈ ਇਹ ਬਹੁਤ ਵੱਡੀ ਗੱਲ ਹੈ ਔਰ ਜਿਸ ਦੇ ਨਾਲ ਬਹੁਤ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਵੀ ਹੋਏਗਾ ਕਿਉਂਕਿ ਕਿਸਾਨ ਇੱਕ ਦਿਨ ਪਹਿਲਾਂ ਹੀ ਹਾਈਵੇ ਬੰਦ ਕਰਕੇ ਬੈਠ ਗਏ ਸਨ ਹਾਈਵੇ ਦੇ ਉੱਤੇ ਵਿਰੋਧ ਕਰਨ ਦੇ ਲਈ ਪ੍ਰਧਾਨ ਮੰਤਰੀ ਹੁਣਾਂ ਦੀ ਰੈਲੀ ਦਾ ਪਰ ਇਸ ਅਨਾਉਂਸਮੈਂਟ ਨੇ ਬਾਅਦ ਵਿੱਚ ਉਹਨਾਂ ਦੇ ਵਿਰੋਧ ਨੂੰ ਠੰਡਾ ਕਰ ਦਿੱਤਾ ਸੀ ਬਿਲਕੁਲ ਠੰਡਾ ਕਰ ਦਿੱਤਾ ਪਰ ਇਹ ਕੂਟਨੀਤੀ ਹੈ ਇਸ ਨੂੰ ਸਮਝਣਾ ਚਾਹੀਦਾ ਹੈ ਹਮ ਜਦੋਂ ਤੱਕ ਕਿਉਂਕਿ ਜਦੋਂ ਤੱਕ ਪੂਰੀ ਦੀ ਪੂਰੀ ਖੇਡ ਕਲੀਅਰ ਨਹੀਂ ਹੋ ਜਾਂਦੀ ਪੱਤੇ ਖੁੱਲਨੇ ਜਾਂਦੇ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਿਆਸਤ ਹੈ ਜੋ ਵੀ ਲੈਟਰ ਆਏਗਾ ਜਾਂ ਜੋ ਵੀ ਜਵਾਬ ਜਾਏਗਾ ਉਦੇ ਪਿੱਛੇ ਸਿਆਸਤ ਹੈ ਉਹ ਕੋਈ ਸਿੱਧੀ ਸਾਦੀ ਰੂਟੀਨ ਲੈਟਰ ਨਹੀਂ ਹੈ ਆਫੀਸ਼ੀਅਲ ਲੈਟਰ ਤਾਂ ਜ਼ਰੂਰ ਹੈ ਪਰ ਉਹਦੇ ਪਿੱਛੇ ਕੂਟਨੀਤੀ ਕੰਮ ਕਰ ਰਹੀ ਹੈ ਸਿਆਸਤ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਇਹ ਗੇਮ ਸਿੱਧੀ ਸਾਦੀ ਨਹੀਂ ਹੈ ਕਿ ਕਿਸਾਨ ਗਏ ਤੇ ਜਾ ਕੇ ਆਪਣੀਆਂ ਮੰਗਾਂ ਰੱਖੀਆਂ ਤੇ ਅੱਗੋਂ ਪੀਐਮ ਆਫਿਸ ਵੱਲੋਂ ਕੋਈ ਨਾ ਕੋਈ ਲੈਟਰ ਜਾਰੀ ਹੋ ਗਿਆ ਉਸ ਤਰ੍ਹਾਂ ਨਹੀਂ ਹੈ ਕਿਉਂਕਿ ਇਹਦੇ ਪਿੱਛੇ ਪੂਰਾ ਅੰਦੋਲਨ ਖੜਾ ਹੈ ਕਿਸਾਨਾਂ ਨੇ ਕੀ ਕੁਝ ਬਰਦਾਸ਼ਤ ਨਹੀਂ ਕੀਤਾ ਪਹਿਲਾਂ ਕਿਉਂ ਨਹੀਂ ਗੱਲਾਂ ਮੰਨੀਆਂ ਗਈਆਂ ਹੁਣ ਕੀ ਹੋ ਗਿਆ ਹੁਣ ਕਿਉਂ ਲੈਟਰ ਆ ਰਿਹਾ ਪਹਿਲਾਂ ਤੇ ਗੱਲ ਵੀ ਨਹੀਂ ਹੋਈ ਫੋਨ ਵੀ ਨਹੀਂ ਹੋਇਆ ਕੋਈ ਗਲਤ ਗੱਲਬਾਤ ਨਹੀਂ ਕੀਤੀ ਪੀਐਮ ਸਾਹਿਬ ਨੇ ਹੁਣ ਲੈਟਰ ਆ ਰਿਹਾ ਹੈ ਕਿਉਂ ਹੁਣ ਮੌਕੇ ਦੀ ਨਜ਼ਾਕਤ ਹੈ ਹੁਣ ਇਲੈਕਸ਼ਨ ਦੇ ਸਾਹਮਣੇ ਨੇ ਪੰਜਾਬ ਵਿੱਚ ਦੀ ਇਲੈਕਸ਼ਨਸ ਨੇ ਪੰਜ ਸਟੇਟਸ ਦੇ ਵਿੱਚ ਹੋਰ ਇਲੈਕਸ਼ਨਸ ਨੇ ਪੰਜਾਬ ਦੀਆਂ ਇਲੈਕਸ਼ਨਸ ਦਾ ਦੂਸਰੀਆਂ ਸਟੇਟਸ ਦੇ ਉੱਤੇ ਅਸਰ ਪਾਏਗਾ ਦੂਸਰੀਆਂ ਸਟੇਟਸ ਦੀਆਂ ਇਲੈਕਸ਼ਨਸ ਦਾ ਪੰਜਾਬ ਦੇ ਇਲੈਕਸ਼ਨ ਉੱਤੇ ਅਸਰ ਪੈਣਾ ਹੀ ਪੈਣਾ ਹੈ ਇਸ ਕਰਕੇ ਇਹ ਰਣਨੀਤੀ ਹੈ ਇਹ ਕੂਟਨੀਤੀ ਹੈ ਇਸ ਨੂੰ ਸਮਝਣਾ ਚਾਹੀਦਾ ਹੈ ਜਦੋਂ ਤੱਕ ਹਰ ਚੀਜ਼ ਹੱਥੇ ਚ ਨਹੀਂ ਆ ਜਾਂਦੀ ਉਦੋਂ ਤੱਕ ਕੋਈ ਵੀ ਚੀਜ਼ ਸਫਲਤਾ ਦਾ ਨਿਸ਼ਾਨਾ ਨਹੀਂ ਮੰਨੀ ਜਾ ਸਕਦੀ ਕਿ ਇਹ ਸਫਲ ਹੋ ਗਏ ਆ ਐਸੀ ਕੋਈ ਗੱਲ ਨਹੀਂ ਹੈ ਇਸ ਕਰਕੇ ਕਿਸਾਨਾਂ ਨੂੰ ਹੋਰ ਵੀ ਅਲਰਟ ਰਹਿਣ ਦੀ ਜ਼ਰੂਰਤ ਹੈ ਪੂਰੀ ਮਸਤੀਦੀ ਨਾਲ ਜਿਵੇਂ ਅੰਦੋਲਨ ਤੇ ਡਟੇ ਰਹੇ ਨੇ ਓਵੇਂ ਡਟਣਾ ਪਏਗਾ ਓਵੇਂ ਜਾ ਕੇ ਮੀਟਿੰਗ ਕਰਨੀ ਪਏਗੀ ਕਿਉਂਕਿ ਅੱਗੋਂ ਉਹਨਾਂ ਨੇ ਵੀ ਕਈ ਸ਼ਰਤਾਂ ਰੱਖਣੀਆਂ ਨੇ ਅੱਜ ਸਾਰੀ ਡਿਸਕਸ਼ਨਸ ਹੋਣੀਆਂ ਨੇ ਦੁਬਾਰਾ ਤੋਂ ਡਿਸਕਸ਼ਨਸ ਹੋਣੀਆਂ ਨੇ ਫਿਰ ਜਾ ਕੇ ਕਿਤੇ ਮਾਮਲਾ ਸ਼ਾਂਤ ਹੋਣਾ ਹੈ ਕਿ ਉਹਦਾ ਕੀ ਰਿਜ਼ਲਟ ਆਏ ਐਮਐਸਪੀ ਦਾ ਕੀ ਬਣਿਆ ਖਰੀਦ ਗਾਰੰਟੀ ਦਾ ਕੀ ਬਣਿਆ ਉਸ ਤੋਂ ਇਲਾਵਾ ਮੁਆਵਜ਼ੇ ਦਾ ਕੀ ਬਣਿਆ ਨੌਕਰੀ ਦਾ ਕੀ ਬਣਿਆ ਹਰ ਚੀਜ਼ ਕਲੀਅਰ ਹੋਏਗੀ ਤਾਂ ਜਾ ਕੇ ਹੈ ਇਸ ਕਰਕੇ ਲੈਟਰ ਇੱਕ achhi move ਹੋ ਸਕਦੀ ਹੈ ਪਰ ਸਾਨੂੰ ਸੰਤੁਸ਼ਟ ਹੋ ਕੇ ਨਹੀਂ ਪੜਨਾ ਚਾਹੀਦਾ ਕਿ ਲੈਟਰ ਆ ਗਈ ਤੇ ਗੱਲ ਖਤਮ ਹੋ ਗਈ ਸਭ ਕੁਝ ਹੁਣ ਹੋ ਜਾਣਾ ਇਦਾਂ ਦੀ ਗੱਲ ਕੋਈ ਨਹੀਂ ਹੈ ਜੀ ਔਰ ਬਿਲਕੁਲ ਸਹੀ ਗੱਲ ਹੈ ਕਿ ਅਸਰ ਪੈਂਦਾ ਆ ਇਧਰਲੀ ਸਟੇਟ ਦਾ ਉਸ ਦੇ ਉੱਤੇ ਅਸਰ ਪੈਂਦਾ ਉਸ ਸਟੇਟ ਦੀਆਂ ਬੂਟਾਂ ਦਾ ਦੂਸਰੀ ਸਟੇਟ ਤੇ ਅਸਰ ਪੈਂਦਾ ਹੁਣ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹਾਸਲ ਕਰਨ ਤੋਂ ਬਾਅਦ ਉਸ ਦਾ ਅਸਰ ਪੰਜਾਬ ਤੇ ਪਿਆ ਪਰ ਫਿਲਹਾਲ ਹੱਲੇ ਵੀ ਸੀਐਮ ਦੇ ਚਿਹਰੇ ਨੂੰ ਲੈ ਕੇ ਬਹੁਤ ਜ਼ਿਆਦਾ ਖਿੱਚਾ ਤਾਣੀ ਚੱਲਦੀ ਹੈ ਕੁਝ ਦਿਨ ਪਹਿਲਾਂ ਰੌਲਾ ਪਿਆ ਸੀਗਾ ਕੌਣ ਹੋਏਗਾ ਚਿਹਰਾ ਸੀਐਮ ਦਾ ਆਮ ਆਦਮੀ ਪਾਰਟੀ ਦਾ ਕੌਣ ਹੋਏਗਾ ਫਿਰ ਕੱਲ ਰੌਲਾ ਪੈ ਗਿਆ ਕਿ ਹੋ ਗਿਆ ਫਾਈਨਲ ਭਗਵੰਤ ਮਾਨ ਨਹੀਂ ਹੋਣੇ ਭਗਵੰਤ ਮਾਨ ਨਹੀਂ ਹੋਣਗੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਫੈਲ ਗਈਆਂ ਪਰ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਹੋਣਾ ਨੇ ਕਲੀਅਰ ਕਰ ਦਿੱਤਾ ਕਿ ਭਗਵੰਤ ਮਾਨ ਹੱਲੇ ਫਾਈਨਲ ਨਹੀਂ ਹੋਏ ਸੀਐਮ ਦਾ ਚਿਹਰਾ ਇਹ ਜਿੰਨਾ ਵੀ ਰੌਲਾ ਪੈ ਰਿਹਾ ਸੀ ਕੇਵਲ ਰੌਲਾ ਹੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚਿਹਰੇ ਨੂੰ ਕਲੀਅਰ ਕਰ ਦਿੱਤਾ ਜਾਏਗਾ ਕਿ ਕੌਣ ਹੋਏਗਾ ਕਿਉਂਕਿ ਭਗਵੰਤ ਮਾਨ ਬਹੁਤ ਪਪੂਲਰ ਲੀਡਰ ਨੇ ਆਪ ਦੇ ਤੇ ਪੰਜਾਬ ਦੇ ਵਿੱਚ ਪਛਾਣ ਹੀ ਭਗਵੰਤ ਮਾਨ ਨੇ ਆਪਦੀ ਸੋ ਆਪ ਨੂੰ ਇਹ ਚਿਹਰਾ ਚੁਣਨਾ ਚਾਹੀਦਾ ਹੈ ਕਿ ਨਹੀਂ ਚੁਣਨਾ ਚਾਹੀਦਾ ਇਹ ਤਾਂ ਕੇਜਰੀਵਾਲ ਸਾਹਿਬ ਨੇ ਡਿਸਾਈਡ ਕਰਨਾ ਹੈ ਭਗਵੰਤ ਮਾਨ ਸਾਹਿਬ ਨੇ ਤਕਰੀਬਨ 10 ਸਾਲ ਲਾ ਦਿੱਤੇ ਨੇ ਐਸੇ ਇਲਾਕੇ ਦੇ ਵਿੱਚ ਇਮੇਜ ਬਣਾਉਣ ਵਾਸਤੇ ਆਪਦੀ ਤੇ ਉਹਨਾਂ ਨੂੰ ਕੀ ਮਿਲਦਾ ਹੈ ਤੇ ਕੀ ਨਹੀਂ ਮਿਲਦਾ ਇਹ ਤੇ ਟਾਈਮ ਦੱਸੂਗਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਵੀ ਇਹ ਮਹਿਸੂਸ ਕਰਦੇ ਆਂ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਸਥਾਨ ਆਪ ਦੇ ਵਿੱਚ ਨਹੀਂ ਮਿਲ ਰਿਹਾ ਸੋ ਇਹ ਅਸੀਂ ਵੀ ਮਹਿਸੂਸ ਕਰਦੇ ਆਂ ਦੂਜੀ ਗੱਲ ਇਹ ਹੈ ਕਿ ਕਾਂਗਰਸ ਨੇ ਦਲਿਤ ਚਿਹਰਾ ਸਾਹਮਣੇ ਰੱਖਿਆ ਹੈ ਜੋ ਦਲਿਤ ਪਛਾੜੇ ਤੋਂ ਆਉਂਦਾ ਹੈ ਤੇ ਆਪ ਕੀ ਕਰੇਗੀ ਕਿਉਂਕਿ ਇਸ ਨੂੰ ਵੀ ਕਹਿ ਤਾਂ ਦਿੱਤਾ ਗਿਆ ਹੈ ਕਿ ਅਸੀਂ ਸਿੱਖ ਚਿਹਰਾ ਲੈ ਕੇ ਆਵਾਂਗੇ ਪਰ ਉਹ ਦਲਿਤ ਪਛਾੜੇ ਤੋਂ ਹੋਏਗਾ ਜਾਂ ਨਹੀਂ ਹੋਏਗਾ ਇਹ ਵੀ ਆਉਣ ਵਾਲਾ ਸਮਾ ਦੱਸੇਗਾ ਕਿ ਉਹ ਦਲਿਤ ਪਾਈਚਾਰੇ ਦੀ ਵੋਟ ਨੂੰ ਕੈਚ ਕਰਨ ਵਾਸਤੇ ਕੀ ਕਰਦੇ ਨੇ ਹਰ ਪਾਰਟੀ ਇਸੇ ਕੰਮ ਵਿੱਚ ਲੱਗੀ ਹੋਈ ਹੈ ਕਿ ਕਿਸ ਤਰ੍ਹਾਂ ਵੋਟਰਸ ਨੂੰ ਆਪਣੇ ਵੱਲ ਖਿੱਚਿਆ ਜਾਵੇ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਜੋ ਇਸ ਵਕਤ ਸਾਰਾ ਚੱਲ ਰਿਹਾ ਹੈ ਮਾਹੌਲ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਇਵਨ ਪੋਲੀਟੀਕਲ ਪਾਰਟੀਆਂ ਨੂੰ ਵੀ ਸਮਝ ਨਹੀਂ ਆ ਰਿਹਾ ਕੇਜਰੀਵਾਲ ਸਾਹਿਬ ਆਪਣਾ ਦਿੱਲੀ ਦਾ ਪੈਟਰਨ ਲੈ ਕੇ ਆਉਣਾ ਚਾਹੁੰਦੇ ਨੇ ਕਿ ਜਿਸ ਪੈਟਰਨ ਨਾਲ ਉਹ ਚੰਡੀਗੜ੍ਹ 'ਚ ਜਿੱਤੇ ਉਸੇ ਪੈਟਰਨ ਨਾਲ ਸ਼ਾਇਦ ਉਹ ਪੰਜਾਬ ਵਿੱਚ ਵੀ ਜਿੱਤ ਜਾਣ ਪਰ ਨਹੀਂ ਕਿਉਂਕਿ ਦਿੱਲੀ ਇੱਕ ਯੂਟੀ ਹੈ ਛੋਟਾ ਜਿਹਾ ਇਲਾਕਾ ਹੈ ਉਸੇ ਤਰ੍ਹਾਂ ਚੰਡੀਗੜ੍ਹ ਇੱਕ ਯੂਟੀ ਹੈ ਛੋਟਾ ਜਿਹਾ ਇਲਾਕਾ ਹੈ ਪਰ ਇਹ ਪੂਰਾ ਸੂਬਾ ਹੈ ਇਹ ਪੂਰੀ ਸਟੇਟ ਹੈ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਨੇ ਹਾਲਾਂਕਿ ਦਿੱਲੀ ਦੇ ਕੋਲ ਵੀ ਕੁਝ ਪਿੰਡ ਨੇ 350 ਦੇ ਕਰੀਬ ਪਿੰਡ ਨੇ ਚੰਡੀਗੜ੍ਹ ਨਾਲ ਵੀ ਕੁਝ ਪਿੰਡ ਲੱਗਦੇ ਨੇ ਪਰ ਉਸ ਤਰ੍ਹਾਂ ਨਹੀਂ ਜਿਵੇਂ ਪੰਜਾਬ ਦੀ ਪਿੰਡੂ ਜਨਤਾ ਹੈ ਇਹਨਾਂ ਦੇ ਧਿਆਨ ਨੂੰ ਆਪਣੇ ਵੱਲ ਲੈ ਕੇ ਜਾਣਾ ਇੱਕ ਡਿਫਰੈਂਟ ਸਟਰੈਟਜੀ ਡਿਫਰੈਂਟ ਪੈਟਰਨ ਅਪਣਾਉਣਾ ਪਏਗਾ ਦਿੱਲੀ ਯੂਟੀ ਹੈ ਚੰਡੀਗੜ੍ਹ ਯੂਟੀ ਹੈ ਉਹਨਾਂ ਦਾ ਪੈਟਰਨ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦਾ ਤੇ ਦੂਜੀ ਗੱਲ ਇਹ ਹੈ ਕਿ ਜੋ ਹੁਣ ਕਿਸਾਨ ਖੜੇ ਹੋ ਗਏ ਨੇ ਉਹਨਾਂ ਦੀ ਪੋਲੀਟਿਕਲ ਪਾਰਟੀ ਹੈ ਰਾਜੀਵਾਲ ਸਾਹਿਬ ਨਾਲ ਜੇ ਰਾਜੀਵਾਲ ਸਾਹਿਬ ਉੱਥੇ ਡਟੇ ਰਹਿੰਦੇ ਨੇ ਆਪ ਦੇ ਨਾਲ ਤਾਂ ਭਗਵੰਤ ਮਾਨ ਜੀ ਵਾਸਤੇ ਉਹ ਵੀ ਇੱਕ ਅੜਿੱਕਾ ਹੋਏਗਾ ਕਿਉਂਕਿ ਸੀਐਮ ਦਾ ਚਿਹਰਾ ਫਿਰ ਰਾਜੀਵਾਲ ਸਾਹਿਬ ਹੋ ਸਕਦੇ ਨੇ ਕਿਉਂਕਿ ਇਹ ਸਾਰੇ ਮਾਹਿਰ ਇਹੀ ਮੰਨਦੇ ਨੇ ਦੇਖੋ ਫਿਲਹਾਲ ਤਾਂ ਜਰਨੈਲ ਸਿੰਘ ਹੁਣਾਂ ਨੇ ਸਾਫ਼ ਕਰ ਦਿੱਤਾ ਕਿ ਹੱਲੇ ਭਗਵੰਤ ਮਾਨ ਸੀਐਮ ਦਾ ਚਿਹਰਾ ਬਣਨ ਦੇ ਲਈ ਕਲੀਅਰ ਨਹੀਂ ਹੋਏ ਹੱਲੇ ਉਹਨਾਂ ਦਾ ਕੋਈ ਵੀ ਨਾਮ ਇਦਾਂ ਸਾਹਮਣੇ ਪਾਰਟੀ ਵੱਲੋਂ ਨਹੀਂ ਦਿੱਤਾ ਗਿਆ ਇਹ ਕੇਵਲ ਅਵਾਵਾ ਹੀ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਇਹ ਦੇਖਣਾ ਹੋਏਗਾ ਪਰ ਫਿਲਹਾਲ ਹੁਣ ਅਗਲੀ ਖਬਰ ਤੇ ਵੱਲ ਰੁਖ ਕਰਦੇ ਹਾਂ ਸਿੱਧੂ ਮੁਸਿਆਲ ਹੁਣਾ ਦੇ ਨਾਲ ਜੁੜੀ ਹੋਈ ਹੈ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਕਿਸੇ ਵੀ ਅਹੁਦੇ ਦਾ ਲਾਲਚ ਨਹੀਂ ਆ ਮੈਂ ਕੇਵਲ ਤੇ ਕੇਵਲ ਸੇਵਾ ਕਰਨਾ ਚਾਹੁੰਦਾ ਪਰ ਉਸ ਤੋਂ ਬਾਅਦ ਹੋਇਆ ਉਹਨਾਂ ਦਾ ਵਿਰੋਧ ਸ਼ੁਰੂ ਨਵਜੋਤ ਸਿੰਘ ਸਿੱਧੂ ਹੋਣਾਂ ਦਾ ਵਿਰੋਧ ਕਾਂਗਰਸੀ ਲੋਕਾਂ ਵੱਲੋਂ ਕੀਤਾ ਗਿਆ ਕਾਂਗਰਸੀ ਵਿਧਾਇਕਾਂ ਵੱਲੋਂ ਕੀਤਾ ਗਿਆ ਕਾਂਗਰਸੀ ਜਿਹੜੇ ਉਮੀਦਵਾਰਾਂ ਦੇ ਨਾਲ-ਨਾਲ ਪਾਰਟੀ ਵਰਕਰ ਨੇ ਕਾਂਗਰਸ ਦੇ ਉਹਨਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮਾਨਸਾ ਤੋਂ ਮੈਂ ਚੋਣ ਲੜਾਂਗਾ ਨਵਜੋਤ ਸਿੰਘ ਸਿੱਧੂ ਹੋਣਾਂ ਤੇ ਜਦੋਂ ਚਰਨਜੀਤ ਸਿੰਘ ਚੰਨੀ ਹੋਣਾਂ ਦੇ ਦੌਰਾਨ ਉਹ ਪਾਰਟੀ ਜੁਆਇਨ ਕਰਦੇ ਨੇ ਪਹਿਲਾਂ ਤਾਂ ਕਹਿੰਦੇ ਨੇ ਮੈਨੂੰ ਅੱਦੇ ਦਾ ਲਾਲਚ ਨਹੀਂ ਹੈ ਫਿਰ ਉਹ ਕਹਿੰਦੇ ਨੇ ਕਿ ਮੈਂ ਮਾਨਸਾ ਤੋਂ ਚੋਣ ਲੜਾਂਗਾ ਜਿੱਦਾਂ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੁੰਦਾ ਤੇ ਹੁਣ ਸਿੱਧੂ ਮੁਸੇਵਾਲ ਹੋਣੀ ਕਹਿੰਦੇ ਨੇ ਜੇ ਮੈਨੂੰ ਕਾਂਗਰਸ ਦੇ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਮੈਂ ਆਜ਼ਾਦ ਲੜੂੰਗਾ ਠੀਕ ਹੈ ਉਹਨਾਂ ਦਾ ਆਪਣਾ ਡਿਸੀਜਨ ਹੈ ਜੇ ਕਾਂਗਰਸ ਵੱਲੋਂ ਟਿਕਟ ਨਹੀਂ ਮਿਲਦੀ ਤੁਸੀਂ ਦੇਖਦੇ ਤਾਂ ਪਈਓ ਕੀ ਖੇਡ ਚੱਲਦੀ ਪਈ ਹੈ ਕਦੀ ਕੋਈ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਚ ਚਲਾ ਜਾਂਦਾ ਫਿਰ ਮੁੜ ਕੇ ਆ ਜਾਂਦਾ ਹੈ ਟਿਕਟ ਦੀ ਸੈਟਲਮੈਂਟ ਹੋ ਜਾਂਦੀ ਹੈ ਮੈਨੂੰ ਟਿਕਟ ਨਹੀਂ ਮਿਲਦੀ ਪਈ ਇਸ ਕਰਕੇ ਮੈਂ ਛੱਡ ਕੇ ਚੱਲੇ ਆ ਉਹ ਕਹਿੰਦੇ ਨੇ ਆਜੋ ਜੀ ਟਿਕਟ ਦੇ ਦਿੰਦੇ ਆ ਫੇਰ ਮੁੜ ਕੇ ਆ ਜਾਂਦਾ ਕੋਈ ਕਾਂਗਰਸ ਵਾਲ ਚਲਾ ਜਾਂਦਾ ਇਧਰੋਂ ਟਿਕਟ ਮਿਲ ਗਈ ਮੁੜ ਕੇ ਆ ਜਾਂਦਾ ਕਿਉਂਕਿ ਲੋਕਾਂ ਨੇ ਵਿਰੋਧ ਕੀਤਾ ਪਹਿਲਾਂ ਸੋਚੀ ਨਹੀਂ ਆਈ ਕਿ ਲੋਕੀ ਵਿਰੋਧ ਕਰਨਗੇ ਕਿਉਂ ਇੰਨੇ ਸਾਲ ਦਾ ਤੁਹਾਨੂੰ ਉਹ ਸਪੋਰਟ ਕਰਦੇ ਪਏ ਨੇ ਇਸ ਵਾਸਤੇ ਕਿ ਤੁਸੀਂ ਛੱਡ ਕੇ ਦਲ ਬਦਲ ਲਵੋ ਉਹ ਥਾਲੀ ਦੇ ਬਤਾਉ ਜਿਵੇਂ ਥਾਲੀ ਦੇ ਬਤਾਉ ਇਧਰ ਉਧਰ ਜਾਂਦੇ ਨੇ ਉਹ ਸੀਨ ਜਦੋਂ ਤੁਸੀਂ ਕ੍ਰੀਏਟ ਕਰਦੇ ਹੋ ਤਾਂ ਬਾਕੀ ਲੋਕਾਂ ਦਾ ਵਿਸ਼ਵਾਸ ਟੁੱਟੇਗਾ ਗੱਲ ਸਾਰੀ ਟਿਕਟ ਦੀ ਹੈ ਕਹਿਣ ਨੂੰ ਸਾਰੇ ਸੇਵਾ ਰਾਜਨੀਤੀ ਨਹੀਂ ਸੇਵਾ ਰਾਜ ਨਹੀਂ ਸੇਵਾ ਸਾਰੇ ਕਹਿੰਦੇ ਨੇ ਪਰ ਸੇਵਾ ਦਿਖਦੀ ਹੈ ਦੇਖਦਾ ਤਾਂ ਰਾਜ ਹੀ ਪਿਆ ਹੈ ਸੇਵਾ ਕਰਨ ਵਾਲੇ ਜਿਹੜੇ ਹੁੰਦੇ ਨੇ ਅਹੁਦਿਆਂ ਦੇ ਉਹ ਲਾਲਚੀ ਨਹੀਂ ਹੁੰਦੇ ਅਸੀਂ ਹਮੇਸ਼ਾ ਦੇਖਦੇ ਆ ਪਰ ਦੂਜੀ ਗੱਲ ਇਹ ਹੁੰਦੀ ਹੈ ساری ਉਮਰ ਤੁਸੀਂ ਖਪਾ ਦਿਓ ਸੇਵਾ ਕਰੀ ਜਾਓ ਸੇਵਾ ਕਰੀ ਜਾਓ ਤੇ ਆ ਕੇ ਤੁਹਾਡੇ ਸਿਰ ਤੇ ਕੋਈ ਹੋਰ ਬਹਿ ਜਾਵੇ ਤਾਂ ਫਿਰ ਵੀ ਉਹ ਵੀ ਤੁਹਾਨੂੰ ਬਰਦਾਸ਼ਤ ਨਹੀਂ ਹੁੰਦਾ ਹੁਣ ਸਿੱਧੂ ਮੂਸੇਵਾਲਾ ਇਹਨਾਂ ਦੇ ਕੇਸ ਵਿੱਚ ਵੀ ਇਦਾਂ ਹੀ ਹੋਇਆ ਕਿ ਇੱਕ ਸੈਲੀਬ੍ਰਿਟੀ ਫੇਸ ਨੇ ਹੀ ਇਜ਼ ਅ ਸਿੰਗਰ ਔਰ ਉਹਨਾਂ ਨੂੰ ਲੈ ਕੇ ਤੁਸੀਂ ਆ ਗਏ ਹੋ ਪਰ ਜਿਹੜੇ ਇੰਨੇ ਪਾਰਟੀ ਵਰਕਰਸ ਸਾਲਾਂ ਤੋਂ ਲੱਗੇ ਹੋਏ ਨੇ ਕਾਂਗਰਸ ਦੇ ਵਿੱਚ ਉਹ ਕਿੱਥੇ ਜਾਣ ਜਿਨ੍ਹਾਂ ਦਾ ਟਿਕਟ ਲੈਣ ਦਾ ਹੱਕ ਬਣਦਾ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਉਹਨਾਂ ਕੋਲ ਤਜਰਬਾ ਹੈ ਪੂਰੀ ਰਾਜਨੀਤੀ ਦਾ بڑے ਉਤਾਰ ਚੜਾਅ ਦੇਖੇ ਨੇ ਉਹ ਵਧੀਆ ਲੀਡਰ ਵਧੀਆ ਆਗੂ ਸਾਬਿਤ ਹੋ ਸਕਦੇ ਨੇ ਵਧੀਆ ਐਡਮਿਨਿਸਟ੍ਰੇਟਿਵ ਸਾਬਿਤ ਹੋ ਸਕਦੇ ਨੇ ਪਰ ਸਿੱਧੂ ਮੂਸੇਵਾਲਾ ਕਿਉਂਕਿ ਸੈਲੀਬ੍ਰਿਟੀ ਨੇ ਫੈਨ ਫੋਲੋਇੰਗ ਹੈ ਯੂਥ ਉਹਨਾਂ ਦੇ ਪਿੱਛੇ ਲੱਗੀ ਹੋਈ ਹੈ ਹੀ ਇਜ਼ ਅ ਸਿੰਗਰ ਤਾਂ ਇਹਨਾਂ ਨੂੰ ਤੁਸੀਂ ਲੈ ਆਓ ਟਿਕਟ ਦੇ ਦਿਓ ਜਿੱਤ ਵੀ ਜਾਣ ਉਸ ਤੋਂ ਬਾਅਦ ਕੀ ਹੋਊਗਾ ਕੀ ਉਹ ਕੈਪੇਬਲ ਹੈਗੇ ਨੇ ਕੀ ਉਹਨਾਂ 'ਚੋਂ ਗੁਣ ਹੈਗੇ ਨੇ ਜੋ ਉਸ ਅਹੁਦੇ ਵਾਸਤੇ ਚਾਹੀਦੇ ਨੇ ਇਹ ਵਿਚਾਰ ਕਰਨ ਦੀ ਗੱਲ ਹੈ ਜੇ ਇਹ ਹਾਈ ਕਮਾਂਡ ਸੋਚਦੀ ਹੈ ਕਿ ਅਸੀਂ ਕਾਬਿਲ ਬੰਦੇ ਨੂੰ ਜਾਂ ਪੁਰਾਤਨ ਬੰਦੇ ਨੂੰ ਜਿਹੜਾ ਪੁਰਾਣੇ ਟਾਈਮ ਤੋਂ ਸਾਡੇ ਨਾਲ ਜੁੜਿਆ ਹੋਇਆ ਹੈ ਉਹਨੂੰ ਲੈ ਕੇ ਆਉਣਾ ਤੇ ਇਹ ਉਹਨਾਂ ਦਾ ਫੈਸਲਾ ਹੋਏਗਾ ਹੁਣ ਸਹੀ ਫੈਸਲਾ ਕੀ ਹੈ ਇਹ ਤੇ ਹੁਣ ਆਉਣ ਵਾਲਾ ਟਾਈਮ ਦੱਸ ਸਕਦਾ ਹੈ ਕਿ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਬਾਕੀ ਰਿਹਾ ਸਿੱਧੂ ਮੂਸੇਵਾਲਾ ਕਿਉਂਕਿ ਕਨਸਟੀਟਿਊਸ਼ਨ ਦੇ ਮੁਤਾਬਿਕ ਤੁਸੀਂ ਆਜ਼ਾਦ ਉਮੀਦਵਾਰ ਲੜ ਸਕਦੇ ਹੋ ਲੜੋ ਦੇਖੋ ਕੀ ਨਤੀਜੇ ਹੁੰਦੇ ਨੇ ਤੇ ਹੁਣ ਉਹਨਾਂ ਦਾ ਵਿਰੋਧ ਜਿੱਦਾਂ ਜਿੱਦਾਂ ਸ਼ੁਰੂ ਹੋ ਗਿਆ ਸਿੱਧੂ ਮੁਸੇਵਾਲ ਹੋਣਾ ਦਾ ਤੇ ਸਿੱਧੂ ਮੁਸੇਵਾਲ ਹੋਣਾ ਤੇ ਤੇਵਰ ਬਦਲਦੇ ਨਜ਼ਰ ਆਏ ਸੇਵਾ ਤੋਂ ਸਿੱਧਾ ਚੋਣਾਂ 'ਚ ਆ ਗਏ ਉਹ ਐਲਾਨ ਕਰ ਦਿੰਦੇ ਨੇ ਕਿ ਜੇ ਮੈਨੂੰ ਟਿਕਟ ਮਿਲਦੀ ਹੈ ਨਹੀਂ ਮਿਲਦੀ ਹੈ ਕਾਂਗਰਸ ਦੇ ਵੱਲੋਂ ਮੈਨੂੰ ਕੋਈ ਫਰਕ ਨਹੀਂ ਮੈਂ ਮਾਨਸਾ ਤੋਂ ਹੀ ਚੋਣਾਂ ਲੜਾਂਗਾ ਤੇ ਦੂਜੇ ਪਾਸੇ ਜਿਹੜੇ ਬਾਕੀ ਉਮੀਦਵਾਰ ਨੇ ਬਾਕੀ ਜਿਹੜੇ ਪਾਰਟੀ ਦੇ ਸੇਵਾਦਾਰ ਨੇ ਉਹਨਾਂ ਸਾਰਿਆਂ ਦੇ ਵੱਲੋਂ ਲਗਾਤਾਰ ਸਿੱਧੂ ਮੁਸੇਵਾਲਿਆ ਹਾਲੇ ਦਾ ਵਿਰੋਧ جاری ਹੈ ਕਿ ਉਹ ਕੱਲ ਆ ਕੇ ਪਾਰਟੀ ਦੇ ਵਿੱਚ ਟਿਕਟ ਨਹੀਂ ਲੜ ਸਕਦੇ ਸਾਨੂੰ ਕਿੰਨਾ ਟਾਈਮ ਹੋ ਗਿਆ ਆ ਅਸੀਂ ਪਾਰਟੀ ਦੀ ਸੇਵਾ ਕਰਦੇ ਆਏ ਆ ਤੇ ਸਾਡੀ ਹੀ ਵਾਰੀ ਆ ਟਿਕਟ ਲੜਨ ਦੀ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਵਾਰੀ ਹੁੰਦਾ ਹੈ ਕਿ ਕੋਈ ਨਾ ਕੋਈ ਜਿਹੜੇ ਸੈਲੀਬ੍ਰਿਟੀਜ਼ ਆ ਉਹ RAM ਦੇ ਨਾਲ ਆਉਂਦੇ ਨੇ ਖੜੇ ਹੋ ਜਾਂਦੇ ਨੇ ਔਰ ਜਿੱਤ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਜਿਹੜੇ ਲੋਕ ਇੰਨੀ-ਇੰਨੀ ਦਿਨ ਪਾਰਟੀ ਦੇ ਲਈ ਕੰਮ ਕਰਦੇ ਨੇ ਉਹਨਾਂ ਦੀ ਬਾਰੀ ਨਹੀਂ ਆਉਂਦੀ ਇਹਦੇ ਕਿੰਨੇ ਸਾਰੇ ਉਦਾਹਰਣ ਸਾਡੇ ਕੋਲ ਨੇ ਪਰ ਗਲਤੀ ਇੱਥੇ ਆਮ ਲੋਕਾਂ ਦੀ ਵੀ ਹੋ ਜਾਂਦੀ ਹੈ ਕਿਉਂਕਿ ਉਹ ਵੀ ਸਨੀ ਦਿਓਲ ਵਰਗਿਆਂ ਨੂੰ ਚਾ-ਚਾ ਦੇ ਵਿੱਚ ਵੋਟਾਂ ਪਾ ਦਿੰਦੇ ਨੇ ਔਰ ਫਿਰ ਸਾਰੀ ਦਿਹਾੜੀ ਤੁਹਾਨੂੰ ਪੂਰੇ 5 ਸਾਲ ਕਿਤੇ ਵੀ ਨਜ਼ਰ ਨਹੀਂ ਆਉਂਦੇ ਸਨੀ ਦਿਓਲ ਹੋਣੀ ਚੈੱਕ ਕਰ ਲੋ ਕਿਤੇ ਨਾ ਕਿਤੇ ਨਾਲਕਾ ਪੱਟ ਤੇ ਹੋਈ ਨਜ਼ਰ ਆਉਣਗੇ ਕਿਸੇ ਸਕਰੀਨ ਦੇ ਉੱਤੇ ਕੰਮ ਕਰਦੇ ਤਾਂ ਉਹ ਬਿਲਕੁਲ ਵੀ ਨਜ਼ਰ ਨਹੀਂ ਆਏ ਬਿਲਕੁਲ ਇੱਕ ਸੋਚ ਬਣ ਜਾਂਦੀ ਹੈ ਨਾ ਤੁਸੀਂ ਜਦੋਂ ਕਿਸੇ ਫੀਲਡ ਵਿੱਚ ਕੰਮ ਕਰ ਰਹੇ ਹੋ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਹਾਡੀ ਇੱਕ ਸੋਚ ਬਣ ਜਾਂਦੀ ਹੈ ਤੁਹਾਡੀ ਸਾਈਕੋਲੋਜੀ ਉਦਾਂ ਦੀ ਬਣ ਜਾਂਦੀ ਹੈ ਦਿਮਾਗ ਆਪਣੇ ਆਪ ਉਸੇ ਤਰ੍ਹਾਂ ਦਾ ਕੰਮ ਕਰਨ ਲੱਗ ਪੈਂਦਾ ਤੁਸੀਂ ਉਦਾਂ ਦੇ ਡਿਸੀਜਨਸ ਲੈਂਦੇ ਹੋ ਕਦੇ ਕੋਈ ਪ੍ਰੈਸ਼ਰ ਪੈਂਦਾ ਤੁਸੀਂ ਪ੍ਰੈਸ਼ਰ ਵਿੱਚ ਹੋਰ ਵਧੀਆ ਡਿਸੀਜਨ ਲੈਂਦੇ ਹੋ ਕਿਉਂ ਤੁਹਾਡਾ ਦਿਮਾਗ ਵੈਸਾ ਬਣ ਚੁੱਕਾ ਹੈ ਰਾਜਨੀਤੀ ਇਹ ਸਮਝਣੀ ਬਹੁਤ ਥੋੜੀ ਟੇਢੀ ਥੀ ਰ ਹਰੇਕ ਦੇ ਸਮਝ ਨਹੀਂ ਆਉਂਦੀ ਲੱਗਦਾ ਜ਼ਰੂਰ ਹੈ ਕਿ ਸਮਝ ਆ ਗਈ ਇਹ ਸਮਝ ਆਉਂਦੀ ਨਹੀਂ ਪਰ ਸੱਤਾ 'ਚ ਬਹਿਣਾ ਹਰੇਕ ਨੂੰ ਵਧੀਆ ਲੱਗਦਾ ਆਲੇ-ਦੁਆਲੇ ਬਾਡੀਗਾਰਡਸ ਹੋਣ ਆਵਾਜ਼ਾਂ ਕਰਦੀਆਂ ਤੁਹਾਡੀਆਂ ਕਾਰਾਂ ਹੋਣ ਲਾਲ ਬੱਤੀ ਵਾਲੀਆਂ ਅੱਗੇ-ਪਿੱਛੇ ਸਿਕਿਉਰਿਟੀ ਹੋਵੇ ਸੈਲਿਊਟਾਂ ਪੈਂਦੀਆਂ ਹੋਣ ਹਰੇਕ ਨੂੰ ਇਹ ਸ਼ਾਨੋ ਸ਼ੌਕਤ ਬੜੀ ਪਸੰਦ ਆਉਂਦੀ ਹੈ ਭਾਵੇਂ ਜਮਹੂਰੀਅਤ ਹੈ ਭਾਵੇਂ ਲੋਕਤੰਤਰ ਹੈ ਪਰ ਹੈ ਤਾਂ ਸ਼ਾਨੋ ਸ਼ੌਕਤ ਕਿੰਨਾ ਕੁਝ ਮੇਨਟੇਨ ਕੀਤਾ ਜਾਂਦਾ ਹੈ ਟੈਕਸ ਪੇਅਰਸ ਦੀ ਮਨੀ ਦੇ ਉੱਤੇ ਕਿਤੇ ਇਹਨਾਂ ਨੇ ਆਪਣੇ ਖਰਚੇ ਘੱਟ ਕੀਤੇ ਨੇ ਨਹੀਂ ਪੂਰੀ ਸ਼ਾਨੋ ਸ਼ੌਕਤ ਹੈ ਉਹ ਸ਼ਾਨੋ ਸ਼ੌਕਤ ਦਾ ਸ ਪਰ ਕੰਮ ਕਰਨ ਵੇਲੇ ਕਿੰਨੇ ਕ ਜਾਨੇ ਖਰੇ ਉੱਤਰ ਦੇਣੇ ਉਸ ਗੱਲ ਦੇ ਉੱਤੇ ਇਹ ਸੋਚਣ ਵਾਲੀ ਗੱਲ ਹੈ ਕੌਣ ਬੰਦਾ ਮਿਹਨਤ ਕਰਦਾ ਹੁਣ ਜੇ ਮਿਹਨਤ ਕਰਨੀ ਹੈ ਤੇ ਕਈ ਲੋਕ ਦੂਜੇ ਪਾਸੇ ਮਿਹਨਤ ਕਰਦੇ ਨੇ ਜਿਹੜੇ ਉਹਨਾਂ ਦੇ ਸਪੋਰਟਰਸ ਨੇ ਜਿਹੜੇ ਉਹਨਾਂ ਨੂੰ ਫਾਈਨਾਂਸ ਕਰਦੇ ਨੇ ਉਹਨਾਂ ਦੀ ਪਾਰਟੀ ਨੂੰ ਫਾਈਨਾਂਸ ਕਰਦੇ ਨੇ ਉਹਨਾਂ ਦਾ ਭਲਾ ਕਰਨ 'ਚ ਲੱਗੇ ਹੋਏ ਨੇ ਹੁਣ ਉਹਨਾਂ ਵਾਸਤੇ ਕੰਮ ਕਰਦੇ ਪਏ ਨੇ ਪਰ ਜਿਹੜੀ ਆਮ ਜਨਤਾ ਆਮ ਲੋਕ ਨੇ ਉਹਨਾਂ ਵਾਸਤੇ ਕੰਮ ਕੌਣ ਕਰੂ ਸੋ ਗੱਲ ਇਹ ਆ ਸਿੱਧੀ ਸਾਦੀ ਸਮਝਣ ਵਾਲੀ ਗੱਲ ਨੇ ਆ ਕਿ ਸਵਾਦ ਤੇ ਬੜਾ ਹੁੰਦਾ ਹੈ ਇਹ ਸਾਰੀ ਸੱਤਾ ਦੇ ਗਲਿਆਰਿਆਂ 'ਚ ਘੁੰਮ ਕੇ ਮੈਨੂੰ ਬੜਾ ਚੰਗਾ ਮੈਂ ਇੱਥੇ ਬੈਠਾਂਗਾ ਜੀ ਸਲੂਟ ਪੜ੍ਹਨਗਾ ਜੀ ਬਹੁਤ ਚੰਗਾ ਲੱਗਦਾ ਮੈਨੂੰ ਮੰਨ ਲਈ ਕੱਲ ਤੁਹਾਨੂੰ ਚੰਗਾ ਲੱਗਦਾ ਚੰਗਾ ਤੇ ਬਹੁਤ ਕੁਝ ਲੱਗਦਾ ਹੁੰਦਾ ਬੜਿਆਂ ਨੂੰ ਚੰਗਾ ਲੱਗਦਾ ਹੁੰਦਾ ਪਰ ਕਾਬਿਲ ਹੈਗੇ ਉਹ ਤੁਸੀਂ ਤਿਆਰੀ ਕੀਤੀ ਹੈ ਉਹਦੀ ਜਿਸ ਫੀਲਡ ਨੂੰ ਤੁਸੀਂ ਬਿਲੋਂਗ ਹੀ ਨਹੀਂ ਕਰਦੇ ਉਸ ਫੀਲਡ ਵਿੱਚ ਤੁਸੀਂ ਕਰਨ ਕੀ ਆ ਰਹੇ ਹੋ ਸਿੱਧੀ ਸਾਦੀ ਗੱਲ ਇਹ ਹੈ ਜਿਹੜੇ ਸ਼ੁਰੂ ਤੋਂ ਤਿਆਰੀ ਚ ਨੇ ਇਸ ਫੀਲਡ ਨੂੰ ਬਿਲੋਂਗ ਕਰਦੇ ਨੇ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ ਕਿਉਂ ਨਾ ਉਹ ਆਉਣ ਠੀਕ ਹੈ ਤੁਸੀਂ ਸੈਲੀਬ੍ਰਿਟੀ ਹੋ ਆਓ ਆਜ਼ਾਦ ਲੜੋ ਜੇ ਨਹੀਂ ਟਿਕਟ ਦੇ ਰਹੇ ਇਹ ਮਸਲਾ ਹਰ ਥਾਂ ਦੇ ਉੱਤੇ ਸਾਰੀਆਂ ਪਾਰਟੀਆਂ ਦੇ ਵਿੱਚ ਹੈ ਕਿਉਂਕਿ ਤੁਸੀਂ ਇੰਨੇ ਸਾਲ ਕਿਸੇ ਪਾਰਟੀ ਨੂੰ ਦੇਂਦੇ ਹੋ ਤਾਂ ਤੁਸੀਂ ਕੋਈ ਨਾ ਕੋਈ ਉਮੀਦ ਜ਼ਰੂਰ ਕਰਦੇ ਹੋ ਕਿ ਪਾਰਟੀ ਤੁਹਾਡੇ ਬਾਰੇ ਸੋਚੇਗੀ ਹਾਈ ਕਮਾਂਡ ਤੁਹਾਡੇ ਬਾਰੇ ਸੋਚੇਗੀ ਜੇ ਨਹੀਂ ਸੋਚਦੀ ਫਿਰ ਤੁਹਾਨੂੰ ਇਹ ਝੋਟ ਪਹੁੰਚਦੀ ਆ ਫਿਰ ਦੂਜੇ ਬੰਦੇ ਉਹਨਾਂ ਬੰਦਿਆਂ ਨੂੰ ਪੱਟਦੇ ਨੇ ਦੂਜੀ ਪਾਰਟੀ ਵਾਲੇ ਉਹ ਦੇਖਦੇ ਨੇ ਅਸੰਤੁਸ਼ਟ ਕਿੱਥੇ ਬੈਠੇ ਨੇ ਜੋ ਲੋਕ ਸੈਟੀਸਫਾਈ ਨਹੀਂ ਹੈਗੇ ਉਹ ਕਿੱਥੇ ਕਿੱਥੇ ਬੈਠੇ ਨੇ ਉਹਨਾਂ ਨੂੰ ਲੱਭਦੀ ਹੈ ਪਰ ਉਹਨਾਂ ਕੋਲ ਐਕਸਪੀਰੀਅੰਸ ਹੈ ਉਹ ਕਾਬਿਲ ਨੇ ਫਿਰ ਉਹਨਾਂ ਨੂੰ ਆਪਣੇ ਵੱਲ ਖਿੱਚਦੀ ਹੈ ਨੋਨ ਫੇਸੇਸ ਨੂੰ ਖਿੱਚਦੀ ਹੈ ਸੋ ਪਾਰਟੀ ਹਾਈ ਕਮਾਂਡ ਨੂੰ ਵੀ ਇਹ ਦੇਖਣਾ ਚਾਹੀਦਾ ਕਿਉਂਕਿ ਸਭ ਤੋਂ ਖਤਰਨਾਕ ਉਹ ਬੰਦਾ ਹੁੰਦਾ ਹੁੰਦਾ ਹੈ ਤੁਹਾਡੀ ਪਾਰਟੀ ਦੇ ਵਿੱਚ ਜੋ ਤੁਹਾਡੇ ਤੋਂ ਸੰਤੁਸ਼ਟ ਨਹੀਂ ਹੈ ਜਿਹਦੀਆਂ ਇੱਛਾਵਾਂ ਦਾ ਤੁਸੀਂ ਖਿਆਲ ਨਹੀਂ ਕੀਤਾ ਠੀਕ ਹੈ ਜਿਹਦੇ ਸੁਪਣਿਆਂ ਦਾ ਤੁਸੀਂ ਖਿਆਲ ਨਹੀਂ ਕੀਤਾ ਕਿਉਂਕਿ ਹਰ ਬੰਦਾ ਕੁਝ ਨਾ ਕੁਝ ਸੋਚ ਕੇ ਪਾਰਟੀ ਨਾਲ ਜੁੜਦਾ ਹੈ ਕਿੰਨੇ ਕੁ ਲੋਕ ਹੁੰਦੇ ਨੇ ਜਿਹੜੇ ਆਈਡੀਓਲੋਜੀ ਦੇ ਉੱਤੇ ਵਿਸ਼ਵਾਸ ਕਰਦੇ ਨੇ ਪਾਰਟੀ ਦੀ ਆਈਡੀਓਲੋਜੀ ਦੇ ਉ ਪਰ ਜਿਹੜੇ ਕਰਦੇ ਨੇ ਵਾਕਈ ਕਰਦੇ ਨੇ ਔਰ ਦੂਜੀ ਗੱਲ ਇਹ ਹੈ ਜਿਹੜੇ ਸੀਨੀਅਰ ਪੋਸਟ ਤੇ ਵੀ ਬੈਠੇ ਨੇ ਵੱਡੇ ਵੱਡੇ ਪੋਸਟ ਤੇ ਬੈਠੇ ਨੇ ਉਹਨਾਂ ਵਿੱਚੋਂ ਕਿੰਨੇ ਕ ਨੇ ਉਸ ਆਈਡੀਓਲੋਜੀ ਦੇ ਉੱਤੇ ਚੱਲਣ ਵਾਲੇ ਸੋ ਬਾਰ-ਬਾਰ ਇਹ ਜਿਹੜੀ ਕਾਂਗਰਸ ਦੇ ਕਲਚਰ ਦੀ ਗੱਲ ਵੀ ਅਸੀਂ ਅੱਜਕੱਲ ਸੁਣ ਰਹੇ ਹਾਂ ਸਿੱਧੂ ਸਾਹਿਬ ਨੂੰ ਸਿਖਾਈ ਜਾ ਰਹੀ ਹੈ ਕਿ ਕਾਂਗਰਸ ਦਾ ਕਲਚਰ ਸਿੱਖੋ ਸੋ ਇਹ ਕਾਂਗਰਸ ਦਾ ਕਲਚਰ ਸਿੱਧੂ ਮੂਸੇਵਾਲਾ ਇੱਕ ਦਿਨ ਚ ਤੇ ਨਹੀਂ ਸਿੱਖਣਗੇ ਨਾ ਕਿਉਂਕਿ ਜਿਹੜੇ ਬੰਦੇ ਇੰਨੇ ਪੁਰਾਣੇ ਬੈਠੇ ਨੇ ਐਕਸਪੀਰੀਅੰਸ ਵਾਲੇ ਉਹਨਾਂ ਨੇ ਸਿੱਖਿਆ ਹੋਇਆ ਜੀ ਸੋ ਇਹ ਆਪਣੀ ਕਾਬਲੀਅਤ ਨੂੰ ਇਹ ਨਹੀਂ ਕਿ ਦੂਜੇ ਨੇ ਮੇਰੇ ਨਾਲ ਜ਼ਿਆਤੀ ਕੀਤੀ ਕੋਈ ਕਿਸੇ ਨਾਲ ਜ਼ਿਆਤੀ ਨਹੀਂ ਕਰਦਾ ਹਾਂ ਜ਼ਿਆਤੀ ਉੱਥੇ ਹੁੰਦੀ ਹੈ ਜਦੋਂ ਕਿਸੇ ਕਾਬਿਲ ਬੰਦੇ ਨੂੰ ਤੁਸੀਂ ਚੁੱਕ ਕੇ ਬਾਹਰ ਸੁੱਟ ਦਿੰਦੇ ਹੋ ਤੇ ਨਾਕਾਬਿਲ ਬੰਦੇ ਨੂੰ ਤੁਸੀਂ ਲੈ ਕੇ ਆ ਜਾਂਦੇ ਹੋ ਕੋਈ ਨਾ ਕੋਈ ਤਿਗੜਮ ਲੜਾ ਕੇ ਫਿਰ ਉਹ ਕਾਬਿਲ ਬੰਦਾ ਕੋਈ ਹੋਰ ਥਾਂ ਲੱਭੇਗਾ ਜਿੱਥੇ ਉਹਨੇ ਜਾਣਾ ਤਾਂ ਉਹ ਤੁਹਾਡੇ ਵਾਸਤੇ ਵੀ ਠੀਕ ਨਹੀਂ ਹੁੰਦਾ ਕਿਉਂਕਿ ਤੁਹਾਡਾ ਤਿਆਰ ਕੀਤਾ ਹੋਇਆ ਬੰਦਾ ਤੁਹਾਡਾ ਟੈਲੈਂਟ ਕਿਸੇ ਹੋਰ ਦੇ ਕੰਮ ਆ ਰਿਹਾ ਹੈ। ਹੂੰ ਬਿਲਕੁਲ ਹਾਈ ਕਮਾਂਡ ਦੀ ਗੱਲ ਚੱਲੀ ਹੈ ਤੇ ਹੁਣ ਗੱਲ ਕਰਦੇ ਆਂ ਕਾਂਗਰਸ ਹਾਈ ਕਮਾਂਡ ਦੀ ਹਾਈ ਕਮਾਂਡ ਦੇ ਕੋਲ ਚਲੇ ਗਏ ਨੇ ਪੰਜਾਬ ਦੇ ਕੁਝ ਮੰਤਰੀ ਤੇ ਵਿਧਾਇਕ ਇਕੱਠੇ ਹੋ ਕੇ ਨਵਜੋਤ ਸਿੰਘ ਸਿੱਧੂ ਹੁਣਾ ਦੇ ਖਿਲਾਫ। ਜੀ। ਸਿੱਧੂ ਸਾਹਿਬ ਹਮੇਸ਼ਾ ਨੁਕਸ ਕੱਢਦੇ ਨੇ। ਨੁਕਸ ਕੱਢਦੇ ਕੱਢਦੇ ਇੱਥੋਂ ਤੱਕ ਗੱਲ ਆ ਗਈ ਕਿ ਉਹਨਾਂ ਦੇ ਖਿਲਾਫ ਉਹਨਾਂ ਦੀ ਆਪਣੀ ਪਾਰਟੀ ਦੇ ਲੋਕ ਹੋ ਗਏ। ਇੱਥੋਂ ਤੱਕ ਕਿ ਗ੍ਰਹਿ ਮੰਤਰੀ ਸਾਹਿਬ ਦੇ ਕਹਿ ਰਹੇ ਨੇ ਭਈ ਲੈ ਲਓ ਤੁਸੀਂ ਗ੍ਰਹਿ ਮੰਤਰਾਲੇ ਤੁਸੀਂ ਲੈ ਲਓ ਹੋਮ ਮਿਨਿਸਟਰੀ ਤੁਸੀਂ ਲੈ ਲਓ ਮੈਂ ਛੱਡ ਦੇਣਾ। ਇਹ ਤੁਹਾਡਾ ਗੱਲਾਂ ਹੋ ਗਈਆਂ ਨੇ ਹੁਣ ਜਿੰਨੀਆਂ ਗੱਲਾਂ ਬਾਹਰ ਆ ਰਹੀਆਂ ਨੇ ਸਾਡੇ ਕੋਲ ਤੇ ਫਿਲਟਰ ਹੋ ਕੇ ਆ ਰਹੀਆਂ ਨੇ ਅੰਦਰ ਪਤਾ ਨਹੀਂ ਕੀ ਪੁਚਾਲ ਮੱਚਿਆ ਹੋਣਾ ਸਾਡੇ ਕੋਲ ਤੇ 50% ਹੀ ਆ ਰਹੀਆਂ ਨੇ ਪਤਾ ਨਹੀਂ ਜਾਂ 10% ਹੀ ਆ ਰਹੀਆਂ ਨੇ ਅੰਦਰ ਪਤਾ ਨਹੀਂ ਕੀ ਖਲਬਲੀ ਮੱਚੀ ਹੋਣੀ ਹੈ ਇਹ ਕੋਈ ਚੰਗਾ ਸੀਨ ਤਾਂ ਹੈ ਨਹੀਂ ਜਿਹੜਾ ਪਬਲਿਕ ਦੇ ਸਾਹਮਣੇ ਤੁਸੀਂ ਕ੍ਰੀਏਟ ਕਰ ਰਹੇ ਹੋ ਕਿ ਤੁਹਾਡੇ ਹੀ ਖਿਲਾਫ ਤੁਹਾਡੇ ਪਾਰਟੀ ਦੇ ਲੋਕ ਹੁਣ ਹਾਈ ਕਮਾਂਡ ਕੋਲ ਗਏ ਨੇ ਕਿ ਇਹਨਾਂ ਨੂੰ ਸੰਭੋ ਇਹਨਾਂ ਨੂੰ ਸਮਝਾਓ ਇਹ ਕੀ ਕਰਦੇ ਪਏ ਨੇ ਆਪਣੀ ਪਾਰਟੀ ਦੀ ਆਪ ਹੀ ਨਿੰਦਾ ਕਰਦੇ ਪਏ ਹੋ ਥੋੜੇ ਦਿਨ ਪਹਿਲਾਂ ਤੁਸੀਂ ਐਲਾਨ ਕੀਤੇ ਨੇ ਹੋਮ ਮੇਕਰਸ ਵਾਸਤੇ ਜਿਹੜੀਆਂ ਸੁਆਣੀਆਂ ਨੇ ਕੁੜੀਆਂ ਵਾਸਤੇ ਐਲਾਨ ਕੀਤੇ ਨੇ ਹੁਣ ਤੁਹਾਡੇ ਖਿਲਾਫ ਤੁਹਾਡੀ ਆਪਣੀ ਪਾਰਟੀ ਦੇ ਲੋਕ ਹਾਈ ਕਮਾਂਡ ਕੋਲ ਗਏ ਹੋਏ ਨੇ ਸੋ ਵਿਰੋਧ ਕਰਨਾ ਜ਼ਰੂਰੀ ਹੈ ਨੁਕਸ ਕੱਢਣਾ ਜ਼ਰੂਰੀ ਹੈ ਪਰ ਇਸ ਤਰ੍ਹਾਂ ਤਮਾਸ਼ਾ ਕਰਨਾ ਜ਼ਰੂਰੀ ਨਹੀਂ ਹੈ ਕਿ ਜਿਹੜਾ ਤੁਸੀਂ ਇੱਕ ਐਸਾ ਮਾਹੌਲ ਸਿਰਜ ਦਿਓ ਕਿ ਪਬਲਿਕ ਕਹੇ ਕਿ ਇਹਨਾਂ ਦੇ ਤਾਂ ਆਪਣੇ ਝਗੜੇ ਨਹੀਂ ਮੁੱਕਦੇ ਪਏ ਸਾਡੇ ਵਾਸਤੇ ਕਦੋਂ ਸੋਚਣਗੇ ਸਿੱਧੂ ਸਾਹਿਬ ਹੈਗੇ ਤਾਂ ਜ਼ਿਆਦਾ ਗੱਲ ਕਰਨ ਵਾਲੇ ਨੇ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ ਪਰ देयर इज ਅ ਵੇ ਟੂ ਐਕਸਪ੍ਰੈਸ ਆ ਤਰੀਕਾ ਨਹੀਂ ਕਿ ਤੁਸੀਂ ਹਰ ਵੇਲੇ ਥਾ ਸੋਟਾ ਠਾ ਸੋਟਾ ਅਗਲਾ ਵੀ ਤੰਗ ਆ ਜਾਊਗਾ देयर इज ਅ ਵੇ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਵਿਰੋਧ ਕਰੋ ਪਰ ਇਸ ਤਰ੍ਹਾਂ ਵਿਰੋਧ ਨਾ ਕਰੋ ਕਿ ਇੱਕ ਤਮਾਸ਼ਾ ਬਣ ਜਾਏ ਜੀ ਜਿਹੜੀ ਮੈਂ ਗੱਲ ਕਰ ਰਹੀ ਸੀ ਖਬਰ ਦੀ ਕਿ ਨਵਜੋਤ ਸਿੰਘ ਸਿੱਧੂ ਹੋਣਾ ਖਿਲਾਫ ਮੋਰਚਾ ਖੋਲ ਦਿੱਤਾ ਉਹਨਾਂ ਦੇ ਆਪਣੇ ਹੀ ਪਾਰਟੀ ਦੇ ਬੰਦਿਆਂ ਨੇ ਉਹਨਾਂ ਦੇ ਵਿੱਚ ਆਸ਼ੂ ਜੀ ਸਭ ਤੋਂ ਮੋਰੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਣੀ ਨੇ ਰਾਜਾ ਵੜਿੰਗ ਨੇ ਤੇ ਨਾਲ ਦੇ ਨਾਲ ਪ੍ਰਗਟ ਸਿੰਘ ਹੋਣਾ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਹਾਈ ਕਮਾਂਡ ਤੱਕ ਪਹੁੰਚ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੀ ਸ਼ਬਦਾਬਲੀ ਉਹਨਾਂ ਦੇ ਬੋਲਣ ਦਾ ਤਰੀਕਾ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਤੇ ਨਾਲ ਦੇ ਨਾਲ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਸੋਚ ਕੇ ਨਹੀਂ ਬੋਲਦੇ ਜਿਸ ਦੇ ਨਾਲ ਪਾਰਟੀ ਦਾ ਨੁਕਸਾਨ ਹੋ ਸਕਦਾ ਸਭ ਤੋਂ ਸੋਚਣ ਵਾਲੀ ਗੱਲ ਹੈ ਕਿ ਪ੍ਰਗਟ ਸਿੰਘ ਹੋਣੀ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਖਾਸ ਮੰਨੇ ਜਾਂਦੇ ਨੇ ਉਹ ਵੀ ਰਾਜਾ ਬੜਿੰਗ ਰੰਦਾਵਾ ਤੇ ਆਸ਼ੂ ਹੋਣਾ ਦੇ ਨਾਲ ਮਿਲ ਕੇ ਹਾਈ ਕਮਾਂਡ ਦੇ ਕੋਲ ਪਹੁੰਚੇ ਨੇ ਇਹ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਕਿਉਂਕਿ ਇੱਕ ਟਾਈਮ ਦੇ ਉੱਤੇ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਹੋਣਾ ਨੂੰ ਇੱਕ ਦੂਸਰੇ ਦੇ ਬਹੁਤ ਕਰੀਬ ਮੰਨਿਆ ਜਾਂਦਾ ਸੀ ਤੇ ਅੱਜ ਪ੍ਰਗਟ ਸਿੰਘ ਹੋਣੀ ਹਾਈ ਕਮਾਂਡ ਦੇ ਕੋਲ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਣੀ ਕਿੱਦਾਂ ਪਿੱਛੇ ਰਹਿ ਸਕਦੇ ਆ ਨਵਜੋਤ ਸਿੰਘ ਸਿੱਧੂ ਹੋਣਾ ਨੇ ਹੁਣ ਆਸ਼ੂ ਹੋਣਾ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਤੇ ਰੰਦਾਵਾ ਹੋਣਾ ਦੇ ਉੱਤੇ ਵੀ ਸਵਾਲ ਚੱਕਣੇ ਸ਼ੁਰੂ ਕਰ ਦਿੱਤੇ ਘਰ ਦਾ ਕਲੇਸ਼ ਹੋਵੇ ਤੇ ਗਵਾਂਡੀ ਕਈ ਵਾਰ ਫਾਇਦਾ ਚੁੱਕ ਲੈਂਦੇ ਨੇ ਅਸੀਂ ਸਾਰੇ ਜਾਣਦੇ ਆ ਹੁਣ ਜਿਹੜੇ ਇਹ ਪਬਲਿਕ ਹੈ ਇਹ ਵੀ ਤਾਂ ਤਮਾਸ਼ਾ ਦੇਖਦੀ ਪਈ ਹੈ ਤੇ ਆਪੋਜੀਸ਼ਨ ਵੀ ਦੇਖਦੀ ਪਈ ਹੈ ਤੇ ਇਲੈਕਸ਼ਨਸ ਦਾ ਮਾਹੌਲ ਹੈ ਆਪੋਜੀਸ਼ਨ ਕੋਲ ਇੱਕ ਨੁਕਤਾ ਜਾ ਸਕਦਾ ਹੈ ਕਿ ਆ ਦੇਖ ਲਓ ਇਹਨਾਂ ਦਾ ਤਮਾਸ਼ਾ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਅਸੀਂ ਇਹ ਵੀ ਜਾਣਦੇ ਆ ਕਿ ਪੁਰਾਣੇ ਸਾਰੇ ਹੀ ਕਾਂਗਰਸੀ ਨੇ ਜਦੋਂ ਅਦੇਸ਼ ਨੂੰ ਆਜ਼ਾਦੀ ਮਿਲੀ ਉਹਦੇ ਵਿੱਚੋਂ ਹੀ ਅਲੱਗ-ਅਲੱਗ ਪਾਰਟੀਆਂ ਨਿਕਲੀਆਂ ਨੇ ਹਾਂ ਉਦੋਂ ਵੀ ਕੁਝ ਹੋਰ ਪਾਰਟੀਆਂ ਵੀ ਐਗਜ਼ਿਸਟ ਕਰਦੀਆਂ ਸੀ ਇਹ ਵੀ ਇੱਕ ਸੱਚਾਈ ਹੈ ਤਾਂ ਹੁਣ ਜਿਹੜੀ ਇਹ ਇਲੈਕਸ਼ਨਸ ਨੇ ਉਹਨੂੰ ਦੇਖਦੇ ਹੋਏ ਸਿੱਧੂ ਸਾਹਬ ਨੂੰ ਕੁਝ ਦੇ ਕੰਟਰੋਲ ਕਰਨਾ ਚਾਹੀਦਾ ਹੈ ਨਾ ਪਾਰਟੀ ਦੀ ਸਾਖ ਨੂੰ ਦੇਖਦੇ ਹੋਏ ਕਿ ਇਹ ਕਿੰਦਾਂ ਦੀਆਂ ਗੱਲਾਂ ਤੁਸੀਂ ਕਰਦੇ ਪਏ ਹੋ ਵਿਰੋਧੀਆਂ ਕੋਲ ਇੱਕ ਨੁਕਤਾ ਜਾਏਗਾ ਤੁਹਾਡੇ ਖਿਲਾਫ ਉਹ ਪੁਆਇੰਟ ਜਾਏਗਾ ਤਾਂ ਇਸ ਪੁਆਇੰਟ ਨੂੰ ਦੂਰ ਕਰੋ ਔਰ ਇਹ ਜਿਹੜਾ ਮਾਹੌਲ ਬਣਿਆ ਹੋਇਆ ਹੈ ਇੱਕ ਵਕਤ ਇਲੈਕਸ਼ਨਸ ਦਾ ਇਹਨੂੰ ਨਜਿੱਠੋ ਕਿਉਂਕਿ ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਨੂੰ ਇੱਕ ਨਵਾਂ ਮਾਡਲ ਦੇਣਾ ਹੈ ਪੰਜਾਬ ਨੂੰ ਇੱਕ ਨਵਾਂ ਰੂਪ ਦੇਣਾ ਹੈ ਆ ਰੂਪ ਦੇਣ ਦਾ ਤਰੀਕਾ ਨਹੀਂ ਜਿੱਦਾਂ ਤੁਸੀਂ ਬੋਲਦੇ ਪਏ ਹੋ ਜਾਂ ਫਿਰ ਤੁਸੀਂ ਕਹੋ ਤੁਸੀਂ ਇਕੱਲੇ ਹੀ ਹੋ ਜਿਹੜਾ ਪੰਜਾਬ ਨੂੰ ਨਵਾਂ ਰੂਪ ਦੇਣਾ ਚਾਹੁੰਦੇ ਹੋ ਬਾਕੀ ਕਿਸੇ ਦੀ ਕੋਈ ਗਿਣਤੀ ਨਹੀਂ ਕਿਸੇ ਕੋਲ ਕੋਈ ਮਾਡਲ ਨਹੀਂ ਕਿਸੇ ਕੋਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਜੇ ਬੰਦਾ ਕਵੇ ਕਿ ਮੈਂ ਕਰ ਸਕਦਾ ਤਾਂ ਬਹੁਤ ਵਧੀਆ ਗੱਲ ਹੈ ਤੁਹਾਡਾ ਕੌਨਫੀਡੈਂਸ ਹੈ ਜੇ ਤੋ ਤੁਸੀਂ ਕਹੋਗੇ ਕਿ ਸਿਰਫ ਮੈਂ ਹੀ ਕਰ ਸਕਦਾ ਇਹ ਓਵਰ ਕੌਨਫੀਡੈਂਸ ਆ ਇਹ ਤੁਹਾਡਾ ਹੰਕਾਰ ਹੈ ਇਸ ਕਰਕੇ ਇਹ ਚੰਗਾ ਨਹੀਂ ਲੱਗਦਾ ਤੇ ਇੱਕ ਹੋਰ ਵੀ ਨਵੀਂ ਗੱਲ ਹੈ ਕਿਉਂਕਿ ਉਹ ਵੀ ਬੜੇ ਸਿਆਸੀ ਆਗੂ ਬੜੇ ਵੱਡੇ ਲੀਡਰ ਨੇ ਸਿੱਧੂ ਸਾਹਿਬ ਵਾਕਣ ਉਹ ਅਕਾਲੀ ਦਲ ਤੋਂ ਨੇ ਸੁਖਬੀਰ ਭਾਜੀ ਸੁਖਬੀਰ ਬਾਦਲ ਜੀ ਔਰ ਉਹਨਾਂ ਨੇ ਕਿਹਾ ਕਿ ਹੁਣ ਕਿਉਂਕਿ ਹਫਤਾ ਰਹਿ ਗਿਆ ਹੈ ਸਾਰੀ ਕਾਂਗਰਸ ਦੀ ਜਿਹੜੀ ਗਵਰਨਮੈਂਟ ਹੈ ਉਹ ਖਤਮ ਹੋ ਜਾਣੀ ਹੈ ਕਿਉਂਕਿ ਹੁਣ ਇਲੈਕਸ਼ਨਸ ਦਾ ਮਾਹੌਲ ਹੈ ਹਫਤਾ ਰਹਿ ਗਿਆ ਤੇ ਇਹ ਹਫਤੇ ਤੋਂ ਬਾਅਦ ਤੁਹਾਨੂੰ ਡਾਂਗਾ ਖਾਣ ਦੀ ਲੋੜ ਨਹੀਂ ਪਵੇਗੀ ਸਰਕਾਰੀ ਮੁਲਾਜ਼ਮਾਂ ਨੂੰ ਇਹ ਕਿਹਾ ਕਿ ਤੁਹਾਨੂੰ ਡਾਂਗਾ ਖਾਣ ਦੀ ਲੋੜ ਨਹੀਂ ਪਵੇਗੀ ਅਕਾਲੀ ਦਲ ਤੇ ਬਸਵਾ ਦੇ ਗੱਠ ਜੋੜਨ ਨੂੰ ਤੁਸੀਂ ਜਿਤਾਓ ਤੇ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਉਹ ਅਸੀਂ ਸਾਰੀਆਂ ਪੂਰੀਆਂ ਕਰਨੀ ਬਿਲਕੁਲ ਦੇਖੋ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਦੇਖਿਆ ਕਦੇ ਅਕਾਲੀ ਦਲ ਦੇ ਦੌਰਾਨ ਡਾਂਗਾ ਮਿੰਦਿਆ ਹੋਣ ਮੁਲਾਜ਼ਮਾਂ ਦੇ ਕਦੀ ਟੀਚਰਾਂ ਨੂੰ ਕੁੱਟਿਆ ਉਹਨਾਂ ਨੇ ਕਦੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਹੈ ਦੇਖੋ ਕੀ ਕਹਿਣ ਦੇ ਹੈ ਨਾ ਮਤਲਬ ਕਿਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਕੀਤਾ ਹੀ ਨਹੀਂ ਮਲਾਜ਼ਮਾਂ ਦੇ ਨਾਲ ਇਦਾਂ ਜਾਂ ਅਧਿਕਾਰੀਆਂ ਨੂੰ ਕਦੇ ਉਹਨਾਂ ਨੇ ਨਹੀਂ ਘੁਟਿਆ ਉਹਨਾਂ ਦੇ ਦੌਰਾਨ ਵੀ ਬਹੁਤ ਲਾਠ ਚਾਰਜ ਹੋਇਆ ਬੰਦੇ ਨੂੰ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਜਾਂ ਤਾਂ ਫਿਰ ਹੋਵੇ ਉਹਨਾਂ ਦੇ ਟਾਈਮ ਵਿੱਚ ਦਾ ਕੋਈਸ਼ ਨਾ ਹੋਇਆ ਹੋਵੇ ਸੋ ਹੁਣ ਸੁਖਬੀਰ ਬਾਦਲ ਹੋਣਾ ਨੇ ਤਾਂ ਬਿਆਨ ਦੇਣੀ ਹੈ ਕੋਈ ਵੀ ਬੰਦਾ ਹੈ ਕਿਸੇ ਵੀ ਪਾਰਟੀ ਦੇ ਨਾਲ ਜੁੜਿਆ ਹੋਇਆ ਜਿਹੜਾ ਵੋਟਾਂ ਦੇ ਵਿੱਚ ਖੜਾ ਆ ਉਹਨੇ ਤਾਂ ਬਿਆਨ ਦੇਣੇ ਆ ਕਿਉਂਕਿ ਇਹ ਤਾਂ ਹੁੰਦਾ ਵਿਰੋਧੀ ਧਿਰ फटाफट ਕੋਈ ਨਾ ਕੋਈ ਗਲਤੀ ਕਰੇ ਤਾਂ ਅਸੀਂ ਮੋਰੀਓ फटाफट ਜਵਾਬ ਦੇਣ ਵਾਲੇ ਹੋਈਏ ਜ ਜਵਾਲ ਚੱਕਣ ਵਾਲੇ ਹੋਈਏ ਇਹ ਤਾਂ ਹਰੇਕ ਰਾਜਨੀਤਿਕ ਬੰਦਾ ਤਾਕ ਦੇ ਵਿੱਚ ਰਹਿੰਦਾ ਸੋ ਸੁਖਬੀਰ ਬਾਦਲ ਹੋਣਾਂ ਦੇ ਇਸ ਬਿਆਨ ਦੇਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਦੇ ਵੱਲੋਂ ਮੁਲਾਜ਼ਮਾਂ ਦੇ ਨਾਲ ਕੀਤਾ ਹੋਇਆ ਵਿਵਹਾਰ ਜ਼ਰੂਰ ਤੇਤੇ ਕਰ ਲੈਣਾ ਚਾਹੀਦਾ ਸੀ ਲਗਾਤਾਰ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਆ ਕਿ ਦਸਾਂ ਸਾਲਾਂ ਚ ਇੱਕ ਵਾਰੀ ਵੀ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਇਦਾਂ ਨਹੀਂ ਕੀਤਾ ਇਹ ਤਾਂ ਉਹਨਾਂ ਨੂੰ ਆਪ ਨੂੰ ਵੀ ਪਤਾ ਹੈ ਸਭ ਨੂੰ ਪਤਾ ਹੁੰਦਾ ਪਰ ਫਿਰ ਵੀ ਬਿਆਨ ਤਾਂ ਦੇਣਾ ਜ਼ਰੂਰੀ ਹੈ ਨਾ ਕਿਉਂਕਿ ਮਾਹੌਲ ਬਣਿਆ ਹੋਇਆ ਹੈ ਕੁਝ ਨਾ ਕੁਝ ਕਹਿਣਾ ਜ਼ਰੂਰੀ ਹੈ ਕਾਂਗਰਸ ਦੇ ਖਿਲਾਫ ਵੀ ਕਹਿਣਾ ਹੈ ਆਪ ਦੇ ਖਿਲਾਫ ਵੀ ਕਹਿਣਾ ਹੈ ਕਿਸਾਨਾਂ ਦੇ ਨਾਲ ਤਾਂ ਚਲੋ ਥੋੜੀ ਹਮਦਰਦੀ ਹੈ ਕਿਉਂਕਿ ਕਿਸਾਨ ਵੋਟ ਹੀ ਮਿਲਦੇ ਸੀ ਅਕਾਲੀਆਂ ਨੂੰ ਤੇ ਹੁਣ ਕਿਸਾਨ ਵੋਟ ਵੀ ਟੁੱਟ ਕੇ ਜਾਊਗੀ ਕਿਸਾਨਾਂ ਦੀ ਪਾਰਟੀ ਵੱਲ ਜੀਓ ਖੜੇ ਹੁੰਦੇ ਨੇ ਚੋਣ ਲੜਦੇ ਨੇ ਮਾਹੌਲ ਤਾਂ ਕੁਝ ਇਦਾਂ ਦਾ ਹੀ ਬਣਿਆ ਹੋਇਆ ਹੈ ਹੁਣ ਸੁਖਵੀਰ ਭਾਜੀ ਸੁਖਵੀਰ ਬਾਦਲ ਸਾਹਿਬ ਕਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿਉਂਕਿ ਜੇ ਤੁਹਾਡੇ ਦਿਮਾਗ 'ਚ ਇਹ ਗੱਲ ਆ ਰਹੀ ਹੈ ਤਾਂ ਬਾਕੀ 100 ਬੰਦੇ ਦੇ ਦਿਮਾਗ 'ਚ ਵੀ ਇਹ ਗੱਲ ਆਊਗੀ ਕਿ ਉਹਨਾਂ ਦੇ ਰਾਜ ਦੇ ਦੌਰਾਨ ਵੀ ਡਾਂਗਾ ਖੜਕੀਆਂ ਨੇ ਕਿ ਨਹੀਂ ਖੜਕੀਆਂ ਡਾਂਗਾ ਪਈਆਂ ਨੇ ਕਿ ਨਹੀਂ ਪਈਆਂ ਇਹ ਸਰਕਾਰੀ ਮੁਲਾਜ਼ਮਾਂ ਨੂੰ ਵੀ ਪਤਾ ਹੈ ਜੀ ਹੁਣ ਗੱਲ ਇੱਥੇ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਦਾ ਵੋਟਰ ਹੈ ਉਹਨੂੰ ਬੜੀ ਸੋਚ ਸਮਝ ਕੇ ਵੋਟ ਪਾਉਣੀ ਪਏਗੀ ਤਾਂ ਜਾ ਕੇ ਉਹਨਾਂ ਨੂੰ ਇੱਕ ਟਿਕਾਊ ਤੇ ਜਿਹੜੀ ਪੰਜਾਬ ਹਿਤਾਇਸ਼ੀ ਸਰਕਾਰ ਹੈ ਉਹ ਮਿਲ ਸਕਦੀ ਹੈ ਪਰ ਜਿਹੜੇ ਮਾਹਿਰ ਨੇ ਉਹ ਕਹਿੰਦੇ ਨੇ ਕਿ ਸ਼ਾਇਦ ਇਸ ਵਾਰ ਸਾਨੂੰ ਹੰਗ ਪਾਰਲੀਮੈਂਟ ਮਿਲਣ ਵਾਲੀ ਹੈ ਤੇ ਇਸ ਦੇ ਨਾਲ ਹੀ ਅੱਜ ਦੀਆਂ ਖਬਰਾਂ ਦੇ ਉੱਤੇ ਸਾਡੀ ਚਰਚਾ ਖਤਮ ਹੁੰਦੀ ਹੈ ਪ੍ਰੋਗਰਾਮ ਸਾਡਾ ਕਰੰਟ ਨਿਊਜ਼ ਐਂਡ ਵਿਊਜ਼ ਵੀ ਖਤਮ ਹੁੰਦਾ ਹੈ ਸਾਡਾ YouTube ਚੈਨਲ ਪੰਜਾਬ ਮੀਲ ਯੂਨੀਵਰਸਿਟੀ ਵੀ ਜ਼ਰੂਰ ਸਬਸਕ੍ਰਾਈਬ ਕਰੋ ਮੈਨੂੰ ਬਰਨਕਾਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ ਖੰਡਾ ਨੂੰ ਦੇ ਦੇਓ ਇਜਾਜ਼ਤ ਸਾਸਕਾਲ